ਏਵਨ ਪੰਜਾਬੀ ਟੀ ਵੀ ਵਿੱਚ ਆਪ ਸਭ ਦਾ ਸਵਾਗਤ ਕਰਦਾ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਖਰੀਆਂ 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 ਦੇ ਵਿੱਚ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ। ਇਹਨਾਂ ਦਿਨਾਂ ਵਿੱਚ ਮੋਦੀ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਨੇ ਮੋਦੀ ਸਾਹਿਬ। ਨਵਜੋਤ ਸਿੰਘ ਸਿੱਧੂ ਤੋਂ ਕਿਉਂ ਨਫ਼ਰਤ ਕਰਦੇ ਨੇ ਇਹ ਸਭ ਨੂੰ ਪਤਾ, ਕਿਉਂਕਿ ਨਵਜੋਤ ਸਿੰਘ ਸਿੱਧੂ ਬੇਬਾਕ ਨਿਡਰ ਲੀਡਰ ਹੈ ਔਰ ਜੋ ਗੱਲ ਕਹਿਣੀ ਉਹ ਮੂੰਹ 'ਤੇ ਕਹਿ ਦਿੰਦਾ। ਲੇਕਿਨ ਮੋਦੀ ਸਾਹਿਬ ਨੇ ਨਵਜੋਤ ਸਿੰਘ ਸਿੱਧੂ 'ਤੇ ਉਹਨਾਂ ਦਿਨਾਂ ਵਿੱਚ ਵਾਰ ਕੀਤੇ ਸੀ ਜਦੋਂ ਧੰਨਵਾਦ ਰੈਲੀ ਕਰਨ ਆਏ ਸੀ ਔਰ ਉਸ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ। ਲੇਕਿਨ ਅੱਜ ਸੁਨੀਲ ਜਾਖੜ ਨੇ ਮੋਦੀ ਸਾਹਿਬ ਦੀ ਇੱਕ ਇੱਕ ਗੱਲ ਦਾ ਦੇ ਦਿੱਤਾ ਜਵਾਬ, ਸੁਣੋ ਤੁਸੀਂ ਵੀ। ਦੇਖੋ, ਅੱਜ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਦੇ ਨਿਗਾਹ ਦੇ ਅੰਦਰ ਜਿੱਥੇ ਰਾਹੁਲ ਗਾਂਧੀ ਜੀ ਖਟਕਦੇ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਜੀ ਖਟਕਦੇ ਆ। ਪੰਜਾਬ 'ਚ ਆਏ ਸੀ ਅਤੇ ਉਹਨਾਂ ਨੂੰ ਸੂਲ ਵਾਂਗੂ ਚੁਭਦੇ ਆ, ਕਿਉਂਕਿ ਆਹ ਜਿਹੜਾ ਕਰਤਾਰਪੁਰ ਲੰਘ ਇਸ ਵਾਸਤੇ ਜਾ ਕੇ ਜਿਹੜੀ ਗੱਲ ਨਵਜੋਤ ਸਿੱਧੂ ਹੋਰਾਂ ਨੇ ਉੱਥੇ ਚਾਲੂ ਕੀਤੀ ਸੀ, ਜਿੱਥੇ ਆਪਣੇ ਜਿਹੜੇ ਉਹਨਾਂ ਦੇ ਕੁਲੀਗ ਰਹੇ ਹੈ ਇਮਰਾਨ ਖਾਨ ਨੇ, ਜਿਹੜਾ ਇੱਕ ਪੋਜ਼ਿਟਿਵ ਰਿਸਪੋਂਸ ਉੱਥੋਂ ਆਇਆ, ਉਹਨੂੰ ਲੈ ਕੇ ਆਪਣੀ ਜਿਹੜੀ ਵਾਈ ਵਾਈ ਲੁੱਟਣ ਵਾਸਤੇ ਮੋਦੀ ਸਾਹਿਬ ਆਏ ਸੀ ਉਹਦੇ ਵਿੱਚ ਉਹਨਾਂ ਨੂੰ ਇੱਕ ਸੂਲ ਵਾਂਗੂ ਦੇਖਦੇ। ਮੋਦੀ ਸਾਹਿਬ ਤੁਸੀਂ ਜਿੰਨੇ ਮਰਜ਼ੀ ਵਾਰ ਕਰ ਲਓ, ਲੇਕਿਨ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਲੋਕ ਪ੍ਰਿਯ ਹੈ, ਜਿਹੜੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ, ਕਿਉਂਕਿ ਉਹਨਾਂ ਦੀਆਂ ਹੀ ਕੋਸ਼ਿਸ਼ਾਂ ਸਦਕਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਗੱਲਾਂ ਚੱਲੀਆਂ ਨੇ ਔਰ ਲਾਂਘਾ ਖੁੱਲ੍ਹ ਵੀ ਜਾਏਗਾ, ਰਸਤੇ ਬਣਨੇ ਵੀ ਤੈਅ ਹੋ ਗਏ। ਲੇਕਿਨ ਮੋਦੀ ਸਾਹਿਬ ਤੁਸੀਂ ਸ਼ਬਦੇ ਹਮਲੇ ਜਿਹੜੇ ਕਰਦੇ ਹੋ ਆਪਣੇ ਹਿਸਾਬ ਨਾਲ ਕਰਦੇ ਰਹੋ, ਲੇਕਿਨ ਨਵਜੋਤ ਸਿੰਘ ਸਿੱਧੂ ਹੈ ਕਿ ਕਿਸੇ ਦੀ ਪਰਵਾਹ ਨਹੀਂ ਕਰਦਾ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।